ਇਟਸ ਯੂਅਰ ਬੋਰੀ ਹੋਰੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਪੌੜੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਐਕਟਰ ਸਰਦਾਰ ਸੋਹੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਅਤੇ ਅੱਜ ਉਹਨਾਂ ਤੋਂ ਬਿਨਾਂ ਕੋਈ ਵੀ ਫਿਲਮ ਅਧੂਰੀ ਲੱਗਦੀ ਆ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਆਪਾਂ ਅੱਜ ਦੀ ਵੀਡੀਓ ਵਿੱਚ ਸਰਦਾਰ ਸੋਹੀ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਅਤੇ ਇਸ ਦੇ ਨਾਲ ਹੀ ਦੋਸਤੋ ਆਪਾਂ ਇਹ ਵੀ ਗੱਲ ਕਰਾਂਗੇ ਕਿ ਸਰਦਾਰ ਸੋਹੀ ਸਾਹਿਬ ਨੇ ਮੈਰਿਜ ਕਿਉਂ ਨਹੀਂ ਕਰਵਾਈ, ਇਸ ਦਾ ਕੀ ਕਾਰਨ ਆ। ਸੋ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰ ਮੈਂ ਤੁਹਾਨੂੰ ਇੱਕ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਸਰਦਾਰ ਸੋਹੀ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਪਰਮਜੀਤ ਸਿੰਘ ਉਰਫ ਸਰਦਾਰ ਸੋਹੀ ਦਾ ਜਨਮ 20 ਨਵੰਬਰ 1949 ਨੂੰ ਮਾਤਾ ਸਵਰੂਪ ਕੌਰ ਦੀ ਕੁੱਖੋਂ ਅਤੇ ਪਿਤਾ ਸਰਦਾਰ ਸ਼ਿਵਦੇਵ ਸਿੰਘ ਦੇ ਘਰ ਪਿੰਡ ਟਿੱਬਾ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਇਆ। ਸਰਦਾਰ ਸੋਹੀ ਨੂੰ ਬਚਪਨ ਤੋਂ ਹੀ ਕਲਾਕਾਰੀ ਨਾਲ ਬਹੁਤ ਜ਼ਿਆਦਾ ਪਿਆਰ ਸੀ, ਇਸੇ ਕਾਰਨ ਉਹ ਆਪਣੇ ਸਕੂਲ ਵਿੱਚ ਜਿੰਨੇ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਉਹਨਾਂ ਵਿੱਚ ਭਾਗ ਲੈਂਦੇ ਸੀ। ਇਸ ਤੋਂ ਬਿਨਾਂ ਉਹਨਾਂ ਦੇ ਸਕੂਲ ਵਿੱਚ ਇੱਕ ਕਲਚਰਲ ਐਕਟੀਵਿਟੀ ਦਾ ਪੀਰੀਅਡ ਹੁੰਦਾ ਸੀ, ਉਸ ਵਿੱਚ ਸਰਦਾਰ ਸੋਹੀ ਜੀ ਅਕਸਰ ਹੀ ਗੀਤ ਸੁਣਾਇਆ ਕਰਦੇ ਸੀ, ਜਿਵੇਂ ਭਗਤ ਸਿੰਘ ਦੀ ਘੋੜੀ ਜਾਂ ਕਵਿਤਾਵਾਂ। ਇਸ ਤਰ੍ਹਾਂ ਉਹ ਆਪਣੇ ਸਾਰੇ ਅਧਿਆਪਕਾਂ ਦੇ ਬਹੁਤ ਹੀ ਚਹੀਤੇ ਸੀ। ਸਰਦਾਰ ਸੋਹੀ ਦੀ ਪੜ੍ਹਾਈ ਵਿੱਚ ਕੋਈ ਜ਼ਿਆਦਾ ਰੁਚੀ ਨਹੀਂ ਸੀ, ਪਰ ਉਹ ਕਦੇ ਫੇਲ ਵੀ ਨਹੀਂ ਹੋਏ ਸੀ, ਉਹ ਪੜ੍ਹਨ ਵਿੱਚ ਠੀਕ ਠਾਕ ਸੀ। ਪਰ ਸਰਦਾਰ ਸੋਹੀ ਦੇ ਪਿਤਾ ਜੀ ਸ਼ਵਦੇਵ ਸਿੰਘ ਜੀ ਦਾ ਇਹ ਸੁਪਨਾ ਸੀ ਕਿ ਪਰਮਜੀਤ ਸਿੰਘ ਉਰਫ ਸਰਦਾਰ ਸੋਹੀ ਵੱਡਾ ਹੋ ਕੇ ਇੱਕ ਡਾਕਟਰ ਬਣੇ, ਪਰ ਸਰਦਾਰ ਸੋਹੀ ਹਮੇਸ਼ਾ ਅਦਾਕਾਰੀ ਨਾਲ ਹੀ ਆਪਣਾ ਰੁਝਾਨ ਰੱਖਣਾ ਚਾਹੁੰਦੇ ਸੀ, ਉਹਨਾਂ ਨੂੰ ਅਦਾਕਾਰੀ ਨਾਲ ਪਿਆਰ ਸੀ। ਪਰ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਸਰਦਾਰ ਸੋਹੀ ਨੇ ਮਸਤੂਆਣਾ ਕਾਲਜ ਸੰਗਰੂਰ ਵਿਖੇ BSc ਕਰਨੀ ਸ਼ੁਰੂ ਕੀਤੀ, ਪਰ ਉਹ ਕਿਸੇ ਕਾਰਨ ਉਹਨਾਂ ਦਾ ਇੱਕ ਸਾਲ BSc ਵਿੱਚ ਮਿਸ ਹੋ ਗਿਆ ਅਤੇ ਉਹਨਾਂ ਨੂੰ ਉਹ ਪੜ੍ਹਾਈ ਵਿੱਚੇ ਛੱਡਣੀ ਪਈ। ਇਸ ਤੋਂ ਬਾਅਦ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ BSc ਐਗਰੀਕਲਚਰ ਕਰਨਾ ਸ਼ੁਰੂ ਕੀਤਾ ਅਤੇ ਉਹ ਫਸਟ ਈਅਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਪੜ੍ਹਾਈ ਤੋਂ ਅੱਕ ਗਏ ਅਤੇ ਪੜ੍ਹਾਈ ਨੂੰ ਵਿੱਚੇ ਛੱਡ ਉਹ ਬੰਬੇ ਚਲੇ ਗਏ ਅਦਾਕਾਰੀ ਵਿੱਚ, ਐਕਟਿੰਗ ਵਿੱਚ ਆਪਣਾ ਲੱਕ ਅਜਮਾਉਣ। ਪਰ ਉੱਥੇ ਜਾ ਕੇ ਵੀ ਕੋਈ ਗੱਲ ਨਾ ਬਣੀ ਅਤੇ ਫਿਰ ਉਹਨਾਂ ਨੇ ਉੱਥੋਂ ਵਾਪਸ ਪੰਜਾਬ ਆਉਣ ਦਾ ਫੈਸਲਾ ਕੀਤਾ ਅਤੇ ਫਿਰ ਸੰਨ 1975 ਵਿੱਚ ਸਰਦਾਰ ਸੋਹੀ ਜੀ ਬੰਬੇ ਤੋਂ ਪੰਜਾਬ ਵਾਪਸ ਆ ਗਏ ਅਤੇ ਉਹਨਾਂ ਨੇ ਹਰਪਾਲ ਟਵਾਣਾ ਜੀ ਦਾ ਥੀਏਟਰ ਗਰੁੱਪ ਜੁਆਇਨ ਕਰ ਲਿਆ। ਉਹਨਾਂ ਨੇ 1975 ਤੋਂ 1987 ਤੱਕ 12 ਸਾਲ ਹਰਪਾਲ ਟਵਾਣਾ ਜੀ ਦੀ ਟੀਮ ਨਾਲ ਥੀਏਟਰ ਕੀਤਾ ਅਤੇ ਇਸੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਨਾਟਕ ਪਲੇਜ਼ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਾ ਕੇ ਕੀਤੇ। ਉਹਨਾਂ ਨੂੰ ਇਸੇ ਦੌਰਾਨ ਐਕਟਿੰਗ ਦੀਆਂ ਬਹੁਤ ਸਾਰੀਆਂ ਬਰੀਕੀਆਂ ਸਿੱਖਣ ਦਾ ਵੀ ਮੌਕਾ ਮਿਲਿਆ ਅਤੇ ਉਹਨਾਂ ਨੇ ਥੀਏਟਰ ਕਰਦੇ ਸਮੇਂ ਹੀ ਓਮਪੁਰੀ ਸਾਹਿਬ ਅਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਵੱਡੇ ਐਕਟਰਾਂ ਨਾਲ ਵੀ ਕੰਮ ਕੀਤਾ, ਜਿਸ ਨਾਲ ਉਹਨਾਂ ਦੀ ਐਕਟਿੰਗ ਵਿੱਚ ਦਿਨ ਪ੍ਰਤੀ ਦਿਨ ਨਿਖਾਰ ਆਉਂਦਾ ਗਿਆ। ਇਸ ਤੋਂ ਬਾਅਦ ਸੰਨ 1983 ਵਿੱਚ ਸਰਦਾਰ ਸੋਹੀ ਜੀ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਲੌਂਗ ਦਾ ਲਿਸ਼ਕਾਰਾ ਫਿਲਮ ਨਾਲ ਕੀਤੀ। ਇਹ ਫਿਲਮ ਸੁਪਰ ਹਿੱਟ ਰਹੀ। ਓਏ ਹੋਏ, ਚੱਲਿਆ ਇਸ਼ਕ ਦੀਆਂ ਬਾਜ਼ੀਆਂ ਬੜਕਾਂ ਨਾਲ ਹੀ ਜਿੱਤੀਆਂ ਜਾਂਦੀਆਂ, ਤੀਵੀਂ ਦਾ ਦਿਲ ਜਿੱਤ ਕੇ ਗੱਲ ਬਣਦੀ ਹੈ, ਨਹੀਂ ਤਾਂ ਤਰਕ 'ਚ ਮਿਰਜੇ ਵਾਂਗੂ ਜੰਡ ਤੇ ਟੰਗੇ ਰਹਿ ਜਾਂਦੇ ਨੇ। ਇਸ ਫਿਲਮ ਵਿੱਚ ਨਿਰਮਲ ਰਿਸ਼ੀ, ਓਮਪੁਰੀ, ਰਾਜ ਬੱਬਰ ਤੇ ਹੋਰ ਵੀ ਵੱਡੇ ਵੱਡੇ ਐਕਟਰਾਂ ਨੇ ਕੰਮ ਕੀਤਾ। ਇਸ ਫਿਲਮ ਤੋਂ ਬਾਅਦ ਸਰਦਾਰ ਸੋਹੀ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ, ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ, ਟੈਲੀਵਿਜ਼ਨ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਦੋਸਤੋ, ਜੇ ਆਪਾਂ ਸਰਦਾਰ ਸੋਹੀ ਜੀ ਦੀਆਂ ਕੁਝ ਸੁਪਰ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਨੇ ਅਰਦਾਸ, ਅੰਗਰੇਜ਼, ਗੋਰਿਆਂ ਨੂੰ ਦਫਾ ਕਰੋ, ਬੰਬੂ ਕਾਟ, ਮੰਜੇ ਬਿਸਤਰੇ,
ਸਾਹ ਬਹਾਦਰ, ਦਾਰਾ, ਜੱਟ ਬੁਆਇਜ਼, ਪੁੱਤ ਜੱਟਾਂ ਦੇ, ਅਤੇ ਇਸ ਤੋਂ ਬਿਨਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ। ਜੇ ਆਪਾਂ ਉਹਨਾਂ ਦੀ ਫਿਲਮਾਂ ਦੀ ਗਿਣਤੀ ਕਰਨ ਲੱਗੀਏ ਤਾਂ ਲਿਸਟ ਬਹੁਤ ਲੰਬੀ ਆ। ਸਰਦਾਰ ਸੋਹੀ ਜੀ ਵਧੀਆ ਐਕਟਰ ਹੋਣ ਦੇ ਨਾਲ ਨਾਲ ਡਾਇਲੋਗ ਰਾਈਟਰ ਵੀ ਬਹੁਤ ਵਧੀਆ, ਇਸੇ ਕਾਰਨ ਹੀ ਉਹਨਾਂ ਨੇ ਨੈਸ਼ਨਲ ਅਵਾਰਡ ਦੀ ਫਿਲਮ ਬਾਗੀ ਦੇ ਡਾਇਲੋਗ ਵੀ ਲਿਖੇ ਅਤੇ ਇਸ ਫਿਲਮ ਲਈ ਉਹਨਾਂ ਦੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ। ਇਸ ਤੋਂ ਬਿਨਾਂ ਦੋਸਤੋ ਜੇ ਆਪਾਂ ਸਰਦਾਰ ਸੋਹੀ ਜੀ ਦੇ ਅਵਾਰਡਸ ਦੀ ਗੱਲ ਕਰੀਏ, ਵੈਸੇ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਵਾਰਡ ਜਿੱਤੇ ਆ, ਪਰ ਫਿਰ ਵੀ ਜੇ ਆਪਾਂ ਕੁਝ ਖਾਸ ਅਵਾਰਡਸ ਦੀ ਗੱਲ ਕਰੀਏ ਤਾਂ ਉਹਨੇ PTC ਪੰਜਾਬੀ ਫਿਲਮ ਅਵਾਰਡ, ਬੈਸਟ ਐਕਟਰ ਇਨ ਨੈਗੇਟਿਵ ਰੋਲ ਫੋਰ ਮਿੱਟੀ ਫਿਲਮ, ਇਸ ਫਿਲਮ ਵਿੱਚ ਉਹਨਾਂ ਨੂੰ ਨੈਗੇਟਿਵ ਰੋਲ ਕਰਨ ਲਈ ਇਹ ਅਵਾਰਡ ਦਿੱਤਾ ਗਿਆ ਸੀ PTC ਵੱਲੋਂ। ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਦਾਰ ਸੋਹੀ ਜੀ ਨੇ ਵਿਆਹ ਕਿਉਂ ਨਹੀਂ ਕਰਵਾਇਆ, ਕਿਉਂਕਿ ਬਹੁਤ ਸਾਰੇ ਸਰੋਤਿਆਂ ਦਾ ਇਹ ਅਕਸਰ ਹੀ ਸਵਾਲ ਹੁੰਦਾ ਤੇ ਉਹ ਜਾਣਨਾ ਚਾਹੁੰਦੇ ਕਿ ਸਰਦਾਰ ਸੋਹੀ ਜੀ ਨੇ ਆਖਰ ਕਿਉਂ ਨਹੀਂ ਵਿਆਹ ਕਰਵਾਇਆ। ਤਾਂ ਦੋਸਤੋ ਸਰਦਾਰ ਸੋਹੀ ਜੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਕਿ ਉਹਨਾਂ ਨੂੰ ਅਦਾਕਾਰੀ, ਉਹਨਾਂ ਨੂੰ ਕਲਾਕਾਰੀ ਨਾਲ ਇੰਨਾ ਜ਼ਿਆਦਾ ਪਿਆਰ ਆ ਕਿ ਉਹਨਾਂ ਨੂੰ ਕਦੇ ਵਿਆਹ ਦੀ ਲੋੜ ਮਹਿਸੂਸ ਹੀ ਨਹੀਂ ਹੋਈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਵੱਡਾ ਭਰਾ, ਉਸਦੇ ਬੱਚੇ ਆ, ਮੇਰੇ ਭਤੀਜੇ ਭਤੀਜੀਆਂ, ਮੈਨੂੰ ਉਹ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰੇ ਲੱਗਦੇ ਆ ਤੇ ਮੈਂ ਕਦੇ ਇਹ ਮਹਿਸੂਸ ਹੀ ਨਹੀਂ ਕੀਤਾ ਕਿ ਮੇਰਾ ਵਿਆਹ ਨਹੀਂ ਹੋਇਆ ਜਾਂ ਮੇਰੇ ਬੱਚੇ ਨਹੀਂ। ਸੋ ਉਹ ਆਪਣੇ ਵੱਡੇ ਭਰਾ ਦੇ ਬੱਚਿਆਂ ਨੂੰ ਹੀ ਆਪਣੇ ਬੱਚੇ ਸਮਝਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਨੂੰ ਸਿਰਫ ਅਦਾਕਾਰੀ ਤੇ ਕਲਾਕਾਰੀ ਲਈ ਸਮਰਪਿਤ ਕਰਨਾ ਚਾਹੁੰਦੇ ਆ, ਇਸੇ ਕਾਰਨ ਹੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ। ਤੇ ਦੋਸਤੋ ਅਸੀਂ ਆਪਣੇ ਚੈਨਲ ਬੋਰੀ ਹੋਲੀ ਬਾਬਾ ਤੇ ਸਾਡੀ ਪੂਰੀ ਟੀਮ ਵੱਲੋਂ ਸਰਦਾਰ ਸੋਹੀ ਜੀ ਵਰਗੇ ਮਹਾਨ ਐਕਟਰ ਨੂੰ ਸਲਾਮ ਕਰਦੇ ਹਾਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਰਦਾਰ ਸੋਹੀ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਸੇ ਤਰ੍ਹਾਂ ਵਧੀਆ ਵਧੀਆ ਫਿਲਮਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣ, ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ ਬਖਸ਼ਣ। ਸੋ ਦੋਸਤੋ ਇਹ ਸੀ ਸਰਦਾਰ ਸੋਹੀ ਜੀ ਦੀ ਬਾਇਓਗ੍ਰਾਫੀ, ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੇ ਤੇ ਤੁਸੀਂ ਸਰਦਾਰ ਸੋਹੀ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਫੈਨ ਸਰਦਾਰ ਸੋਹੀ ਦੇ, ਤੇ ਦੋਸਤੋ ਕਮੈਂਟਾਂ ਵਿੱਚ ਇਹ ਵੀ ਦੱਸਿਓ ਕਿ ਤੁਹਾਨੂੰ ਸਰਦਾਰ ਸੋਹੀ ਜੀ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ। ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਰਦਾਰ ਸੋਹੀ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ। ਤੇ ਨਾਲ ਦੀ ਨਾਲ ਦੋਸਤੋ ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਤਿ ਸ਼੍ਰੀ ਅਕਾਲ ਜੀ।